असी उस मंदिर में जाने पे हाँ 300 साल बाद है कि असी अनुभव दसा असी मंदिर में पहुंचे हाँ। ये मंदिर जो उसे इलाहाबाद की नजम भी है ये बाधे दवाज शामिल है। ये मंदिर सेब का मंदिर है लिया 307 वाला है सुहाला निशानियां ने मंदिर की थान दिया असं अंदर इमारत के अंदर जावे तो थोड़ू मंदिर का पूरा दुख दें बनिया सी ते असर के ऐसे थले कहते ने रात दो रात आत वाला कुछ टैंपल है जिसे उसे बंदा बनिया है देख सकते हो दोबारा चालू हो गया है रेनोवेट हो गया है ये बड़ा सोना पार्क बन गया है पार्क तुम देख सकते हो बच्चों का पार्क मेरा इतने मौजूद है तो यही हो जाता है वो मंदिर है मेरा तो 307 अपना दोबारा एदा हो जिदी मुरम्मत हो दोबारा शुरू किया गया देख सकते हो मंदिर है शाहकोट का एक बहुत पुराना सिकाफी विरसा है शाहकोट असल एक गुरद्वारा महात्मा का शहर सी इतने कहते ने इस पहले मतलब इतने 2000 साल पुराना बुद्धा की इबादतगाह सी उन्होंने टैंपल सी बाद बर्बाद हो गया तबाह हो गया तो उसे थान के उत्ते मंदिर कमी किया जहाँ बुद्ध टैंपल से सानू रिटल मिल जाए पुरानी किताबों जहाँ चीनी सियाह आया सी उन्हें भी दसिया सियालकोट बड़ा वाला बुद्धा की इबादत जहाँ है जिसे यूनिवर्सिटी बनी बहुत बड़ी यूनिवर्सिटी सी बुद्धा की जिसे पूरी दुनिया तो बंदे आते सन बुद्ध यूनिवर्सिटी तो वेट पढ़ने वास्ते उस निवासी बाद तबाह हो गई फिर मुसलमानों का दौर आ गया उन्होंने भी तवज्जो नहीं दी उस बाद जो दोबारा मुसलमानों का दौर खत्म होया ऐसे उन्होंने केदार सिंह ने मंदिर बनाया कि मंदिर सिखी उस बनया कि बुद्धा बुद्धा की इबादतगाह भी सी यूनिवर्सिटी भी सी सारा आले दुआले लाशाची शामिल
ਦੇਸ਼ ਦਾ ਜੋ ਹੈ ਸਾਰਾ ਇਲਾਕਾ ਵਕਫ ਸੀ ਅਹਿਮਦਨਗਰ ਅਤੇ ਉਸ ਤੋਂ ਪਹਿਲੇ ਇਹ ਸਾਰਾ ਇਲਾਕਾ ਇਹ ਯੂਨੀਵਰਸਿਟੀ ਹੁੰਦੀ ਸੀ ਬੁੱਢਾ ਦੀ ਬਹੁਤ ਵੱਡੀ ਯੂਨੀਵਰਸਿਟੀ ਸੀ 2000 ਸਾਲ ਪਹਿਲੇ ਜਿਹਦੇ ਵਿੱਚ ਸਾਰੀ ਦੁਨੀਆ ਤੋਂ ਬੁੱਢਾ ਦੇ ਬੁੱਢਾ ਸਿਕਲੋਜਲ ਪੜ੍ਹ ਲੈਂਦੇ ਸਨ ਤਬਾਹ ਹੋ ਗਈ ਅਤੇ ਆਸਾਰ ਮੌਜੂਦ ਹਨ ਉਹਨਾਂ ਹੀ ਆਸਾਰ ਦੇ ਉੱਤੇ ਕਿਲਾ ਬਣ ਗਿਆ ਬੜਾ ਵੱਡਾ ਮਿੱਟੀ ਦਾ ਇਹਦੇ ਥੱਲੇ ਉਹ ਆਸਾਰ ਮੌਜੂਦ ਨੇ ਬੁੱਧ ਯੂਨੀਵਰਸਿਟੀ ਦੇ ਗੁਰੂ ਬਹਾਦਰ ਜਹਾਂ ਦੇ ਉਹਦੇ ਉੱਤੇ ਕਹਿੰਦਾ ਸੀ ਲੈ 1837 ਵਿੱਚ ਇਹ ਮੰਦਰ ਬਣਾਇਆ ਤੁਸੀਂ ਇਹ ਦੇਖ ਸਕਦੇ ਹੋ ਅਤੇ ਸਾਰਾ ਥਾਂ ਮੰਦਰ ਦਾ ਪਾਸੇ ਬਕਫੀ ਜਿਹਦੇ ਉੱਤੇ ਜੰਮੇ ਹੋਏ ਨੇ ਸੁਲਤਾਨ ਜੀ ਤੋਂ ਬਾਅਦ ਉੱਥੇ ਘਰ ਬਣਦੇ ਨੇ ਉੱਥੇ ਸਾਰਾ ਉਹਦਾ ਜਿਹਾ ਡਿਜ਼ਾਇਨ ਹੈ ਉਹ ਤਬਦੀਲ ਹੋ ਰਿਹਾ ਹੈ ਇਹ ਬਹੁਤ ਵੱਡਾ ਬਾਗ ਸੀ ਬਾਅਦ ਜਦੋਂ ਅਸੀਂ ਛੋਟੇ ਹੁੰਦੇ ਸੀ ਅਤੇ ਕਈ ਵਾਰ ਖੰਡਾ ਬਣਦਿਆ ਹੋਇਆ ਸੀ ਜੇ ਮੌਜੂਦਾ ਘੁੰਮਣ ਤੋਂ ਦੁਬਾਰਾ ਬਹਾਲ ਕੀਤਾ ਹੈ ਅਤੇ ਉਹ ਉਹਨਾਂ ਨੇ ਆਪਣਾ ਹਿੰਦੂਆਂ ਦੇ ਹਵਾਲੇ ਕੀਤਾ ਹੈ ਅਤੇ ਵਜਨ ਇੱਥੇ ਹੋਏ ਤਮਾਮ ਉਹ ਖੰਡਾ ਬਣਿਆ ਹੋਇਆ ਸੀ 1992 ਜਦੋਂ ਬਾਬਾ ਮਸੀਦ ਢਾਹੀ ਗਈ ਸੀ ਅੱਜ ਗੁੰਬਦ ਤੋੜ ਦਿੱਤਾ ਸੀ ਅਤੇ ਬਹੁਤ ਸੋਹਣਾ ਗੁੰਬਦ ਹੁੰਦਾ ਸੀ ਉੱਤੇ ਬਹੁਤ ਸੋਹਣਾ ਉਹ ਸੀ ਮੀਨਾਰ ਦੇ ਉੱਤੇ ਇੱਥੋਂ ਬੰਨਿਆ ਹੋਇਆ ਸੀ ਸੋਨੇ ਦੇ ਪਾਣੀ ਦਾ ਕਲਸ਼ ਬੰਨਿਆ ਹੁੰਦਾ ਸੀ ਜਿਹਾ ਲਾ ਦਿੱਤਾ ਗਿਆ ਸੀ ਅਤੇ ਇਹ ਬਹੁਤ ਸੋਹਣਾ ਮੰਦਰ ਹੈ ਹੁਣ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਅੰਦਰ ਬਹੁਤ ਅੱਛੀਆਂ ਪੇਂਟਿੰਗ ਹੋਈ ਦੀਆਂ ਸਨ ਅਸੀਂ ਬਚਪਨ ਦੇ ਦੇਖਦੇ ਸੀ ਅਤੇ ਬਹੁਤ ਸੋਹਣੀਆਂ ਪੇਂਟਿੰਗ ਹੋਈ ਦੀਆਂ ਸਨ ਬਹੁਤ ਸੋਹਣਾ ਹੈ ਉਹਦੀ ਉਹ ਤਮੀਲ ਹੋਈ ਹੋਈ ਸੀ ਅਤੇ ਸਾਡਾ ਬੜਾ ਵੱਡਾ ਸਕਾਫਤੀ ਵਿਰਸਾ ਹੈ ਸਿਆਲਕੋਟ ਦਾ ਇਹਦੇ ਉੱਤੇ ਇਲਾਮਾ ਇਕਬਾਲ ਨੇ ਨਜ਼ਮ ਵੀ ਚਾਹੀਦੀ ਹੈ ਉਹ ਨਜ਼ਮ ਵੀ ਅਸੀਂ ਤੁਹਾਨੂੰ ਦੱਸਾਂਗੇ ਅਤੇ ਇਹਦੇ ਇੱਥੋਂ ਦੁਸ਼ਹਿਰ ਦਾ ਜਲੂਸ ਵੀ ਦਿੱਤਾ ਗਿਆ ਸੀ 47 ਤੋਂ ਪੈਦਾ ਪਾਉਂਦੇ 53 ਤੱਕ ਇੱਥੋਂ ਦੁਸ਼ਹਿਰ ਦਾ 1953 ਤੱਕ ਇੱਥੋਂ ਦੁਸ਼ਹਿਰ ਦਾ ਜਲੂਸ ਦਿੱਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇਹ ਬਾਲਟਿਆਂ ਦੀ ਕਲਾ ਹੈ ਇਹ ਹਰ ਮੰਗਲ ਨੂੰ ਇੱਥੇ ਇਬਾਦਤ ਹੁੰਦੀ ਹੈ ਇਹ ਮੰਦਰ ਵਿੱਚ ਉਹ ਆਉਂਦੇ ਨੇ ਆਪਣਾ ਇਬਾਦਤ ਕਿਵਾਂ ਨੇ ਮੰਦਰ ਦੇ ਮੰਦਰ ਖੁੱਲਦਾ ਹੈ ਜਿਹਦੇ ਅੰਦਰ ਇਬਾਦਤ ਕੀਤੀ ਜਾਂਦੀ ਹੈ ਅਸੀਂ ਅਸੀਂ ਕਿਸੇ ਮੰਦਰਾਂ ਨੂੰ ਵੀ ਕੋਸ਼ਿਸ਼ ਕਰਾਂਗੇ ਅਤੇ ਉਹ ਇਬਾਦਤ ਅੱਜ ਦੀ ਨਹੀਂ ਹੈ ਉਹਨਾਂ ਦੇ ਇੱਧਰ ਵੀ ਨਹੀਂ ਹੈ ਅਤੇ ਤੁਹਾਨੂੰ ਅੰਦਰੋਂ ਵੀ ਦੱਸੀ ਅਤੇ ਇਹ ਬੜਾ ਉਹਨਾਂ ਦਾ ਹੁਸ਼ਿਆਰਪੁਰ ਦਾ ਬਹੁਤ ਵੱਡਾ ਵਿਰਸਾ ਹੈ ਪਰ ਤੁਸੀਂ ਦੇਖ ਲਓ ਆਲੇ ਦੁਆਲੇ ਕਿਸ ਤਰ੍ਹਾਂ ਘਰ ਬਣਦੇ ਨੇ ਇਹ ਪੁਰਾਣੀ ਹੁਸ਼ਿਆਰਪੁਰ ਦੀ ਇਸ ਇੱਟ ਦਾ ਬਣਿਆ ਹੋਇਆ ਸੀ ਜਿਵੇਂ ਅਸੀਂ ਤੁਹਾਨੂੰ ਬਾਹਰੋਂ ਵੀ ਦੱਸਿਆ ਜਿਹਦੇ ਉੱਤੇ ਕਬਜ਼ਾ ਹੋਇਆ ਹੈ ਇਹ ਪੁਰਾਣੀ ਇੱਟ ਹੁਣ ਤੁਹਾਨੂੰ ਇੱਥੇ ਨਜ਼ਰ ਨਹੀਂ ਆਉਂਦੀ ਜਿਨ੍ਹਾਂ ਨੇ ਇਹਨੂੰ ਦੁਬਾਰਾ ਬਹਾਲ ਕੀਤਾ ਹੈ ਉਹਨਾਂ ਨੇ ਨਵੀਂ ਇੱਟ ਲਾਈ ਹੈ ਆਉਣ ਦੇ ਚਾਹੀਦਾ ਆਇਆ ਸੀ ਅਤੇ ਇਹਨੂੰ ਉਹੀ ਹੁਸ਼ਿਆਰਪੁਰ ਦੀ ਪੁਰਾਣੀ ਇੱਟ ਲਾਈ ਜਾਂਦੀ ਜਾ ਜਾ ਕੇ ਇਹਦੀ ਪੁਰਾਣੀ ਤਬੀਅਤ ਸੀ ਉਹ ਕਾਇਮ ਰਹਿੰਦੀ ਅਤੇ ਇਹ ਸਾਨੂੰ ਅਗਰ ਤੁਸੀਂ ਪੜ੍ਹੋ ਤਾਂ ਤੁਹਾਨੂੰ ਪਤਾ ਕਿਵੇਂ ਦਾ ਅਤੇ ਉਹ ਬੁੱਧ ਯੂਨੀਵਰਸਿਟੀ ਜਿਹੜੇ ਟੈਸਲਾ ਦੇ ਯੂਨੀਵਰਸਿਟੀ ਦੇ ਨਾਲ ਹੀ ਸੀ ਜੇ ਅਸੀਂ ਟੈਸਲਾ ਦੇਖਦੇ ਹਾਂ ਅਤੇ ਉਹਦੇ ਆਸਾਰ ਮੌਜੂਦ ਨੇ ਇੱਥੇ ਵੀ ਇੱਕ ਬਹੁਤ ਵੱਡੀ ਬੁੱਧ ਯੂਨੀਵਰਸਿਟੀ ਸੀ ਬੁੱਧਾਂ ਦੀ ਇਬਾਦਤ ਗਾਹ ਸੀ ਜੇ ਮਿੱਟੀ ਦੇ ਥੱਲੇ ਦਫਨ ਹੋ ਜਾਏਗੀ ਉਹ ਹੁਣ ਸਾਨੂੰ ਉਹਦੇ ਕੋਈ ਆਸਾਰ ਨਹੀਂ ਇੱਥੇ ਨਜ਼ਰ ਵਾਲੇ ਉਹ ਬੁੱਧ ਯੂਨੀਵਰਸਿਟੀ ਦੇ ਅਤੇ ਹੁਣ ਜਿਹੜਾ ਮੰਦਰ ਹੈ ਉਹਦੀ ਸਾਂਭ ਐਤ ਹਕੂਮਤ ਨੇ ਥੋੜ੍ਹੀ ਬਹੁਤੀ ਕੀਤੀ ਹੈ ਜਿਹਦੀ ਵਜ੍ਹਾ ਨਾਲ ਇਹਦੀ ਬਹੁਤ ਦੀ ਹਾਲਤ ਉਹ ਬਹੁਤ ਬਿਹਤਰ ਹੋ ਰਹੀ ਹੈ ਵਜ੍ਹਾ ਨਾਲ ਇਹ ਖੰਡਾ ਬਣਦਿਆ ਹੋਇਆ ਸੀ ਇੱਥੇ ਬੱਚਿਆਂ ਦਾ ਪਾਰਕ ਵੀ ਬਣਾ ਦਿੱਤਾ ਹੈ
ਨਹੀਂ ਤੇ ਬੱਚੇ ਆਉਂਦੇ ਨੇ ਖੇਡਦੇ ਨੇ ਪੰਜਾਬ ਦੇ ਵਿੱਚ ਸਿਆਲਕੋਟ ਅਤੇ ਉਹ ਹਿੰਦੂ ਆਬਾਦੀ ਦਾ ਬੜਾ ਅਹਿਮ ਸ਼ਹਿਰ ਹੈ ਅਤੇ ਕਾਫੀ ਤਾਦਾਦ ਵਿੱਚ ਹਿੰਦੂ ਆਬਾਦੀ ਮੌਜੂਦ ਹੈ। ਇਹ ਸਾਡਾ ਉਹ ਪ੍ਰਾਇਮਰੀ ਸਕੂਲ ਹੈ ਬੱਚਿਆਂ ਦਾ ਲਿਆ ਸੀ ਉਹ ਇਲੈਕਸ਼ਨ ਤਲ 1972 ਤੋਂ ਬਣਿਆ ਦਾ ਹਾਂਜੀ ਇਹ ਬੰਦਾ ਦੀ ਥਾਂ 'ਤੇ ਬਣਿਆ ਦਾ ਅਤੇ ਆਦੇ ਦੁਆਦੇ ਦਾ ਜਿੰਨੇ ਵੀ ਘਰ ਨੇ ਉਹ ਸਾਰੇ ਬੰਦਾ ਦੀ ਥਾਂ 'ਤੇ ਬਣੇ ਹੋਏ ਅਸੀਂ ਤੁਸੀਂ ਉੱਥੇ ਦੇਖ ਸਕਦੇ ਹੋ ਅਤੇ ਉੱਥੇ ਪੁਰਾਣੀ ਇੱਟ ਉਹ ਹੈ ਇਹ ਸਾਰੀ ਥਾਂ ਬੰਦਾ ਲਾ ਕੇ ਬੱਕਅਪ ਸੀ ਨਾ ਹੋਇਆ ਮੈਂ ਤੁਹਾਨੂੰ ਦੁਬਾਰਾ ਪੜ੍ਹਾਉਣਾ ਸਰਦਾਰ ਕਿੱਦਾਂ ਸੀ ਇਹ ਕਮਾਉਂਦਾ ਸੀ ਗਿਆ ਹੋਇਆ ਲੈ ਮੁਸਲਮਾਨਾਂ ਦੇ ਦੌਰ ਦੇ ਬਾਅਦ ਜਦੋਂ ਇੱਥੇ ਮਹਾਰਾਜੇ ਦੇ ਚੱਬਦੇ ਤੋਂ ਥੋੜ੍ਹਾ ਜਿਹਾ ਪਹਿਲੇ ਇਹ ਆਪਣਾ ਹੈ 1732 ਇੱਥੇ ਹੋਇਆ ਲੈ ਕਮਾਉਂਦਾ ਸੀ ਅਤੇ ਉਹਨੇ ਆ ਬੰਦਾ ਬਣਾਇਆ ਸੀ ਉਹ ਮਹਾਰਾਜੇ ਵੱਲੋਂ ਇੱਥੋਂ ਦਾ ਗਵਰਨਰ ਵੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਤੁਹਾਨੂੰ ਮੈਂ ਉਹਦਾ ਨਾਂ ਭਰਾਣਾ ਸਜਾ ਕੇ ਉਹਦੇ ਨਾਂ ਦੇ ਉੱਤੇ ਆਪਾਂ ਹਿੰਦੀ ਦੇ ਵਿੱਚ ਲਿਖਿਆ ਹੈ ਤੁਸੀਂ ਦੇਖ ਸਕਦੇ ਹੋ ਬਾਹਰ ਹੋਇਆ ਲੈ ਉਹਦੇ ਉਹਦੇ ਪਿੱਛੇ ਉਹ ਬੈਨਰ ਲਿਖਿਆ ਹੈ ਬੈਨਰ ਦੇ ਉੱਤੇ ਉਰਦੂ ਵਿੱਚ ਵੀ ਨਾਂ ਆਏ ਕੇਦਾ ਸਿੰਘ ਦਾ ਸੁਬਾਰਾ ਕੇਦਾ ਸਿੰਘ ਬੰਦਾ ਅਤੇ ਇਹ ਆਪਣਾ ਮਹਾਰਾਜੇ ਦੇ ਦੌਰ ਦਾ ਗਵਰਨਰ ਸੀ ਇੱਥੇ